ਅਸੀਂ ਆਉਣ ਡਿਆਂ ਹੰਮੋਪਟ ਦੇ ਬੇਟੀ ਹੀ ਨਾਲ ਅਤੇ ਇੱਧਰ ਵਾਪਸ ਗੁਰਦਾਸਪੁਰ ਵਾਪਸ ਜਾਣ ਡਿਆ ਤਾਂ ਪੈਟਰੋਲ ਪੰਪ ਦੇ ਲਾਗੇ ਜਾ ਕੇ ਉਹ ਪਿੱਛੋਂ ਆਏ ਦੋ ਜਣ ਮੋਟਰਸਾਈਕਲ ਦੇ ਉਹਨਾਂ ਉਹ ਰਗੜਾਂ ਦੇ ਫਿਰ ਡਿੱਗ ਪਈਆਂ ਜਦੋਂ ਅਤੇ ਉਹਦੇ ਕਰਕੇ ਆ ਵੱਜਰੀ ਜਿਹੀ ਉੱਥੇ ਖੁੱਬ ਖੱਬ ਕੇ ਸੱਟਾਂ ਫਿਰ ਲੱਗੀਆਂ ਜ਼ਿਆਦਾ। ਹਾਂ ਉੱਥੇ ਫਿਰ ਵਾਹਵਾ ਜਾਣੇ ਆ ਕਿੰਨੇ ਜਾਣੇ ਇਕੱਠੇ ਹੋ ਗਏ ਤਾਂ ਅਸੀਂ ਉਹ ਫਿਰ ਉਹ ਤਾਂ ਕਹਿਣ ਚੱਲੋ ਉੱਥੇ ਪਰ ਸਾਡੇ ਰਿਸ਼ਤੇਦਾਰ ਜਿੱਥੇ ਗਏ ਹਨ ਉਹਨਾਂ ਨੇ ਫੋਨ ਕੀਤਾ ਉਹ ਕਹਿੰਦੇ ਵੀ ਆਉਣ ਡਿਆ ਸੀ ਉਹ ਫਿਰ ਆ ਗਏ ਉਹ ਆਪਣਾ ਜੀ ਹੋ ਗਈ ਸਕੂਟੀ ਉਹ ਨਾਲ ਬਾਈਕ ਟੱਚ ਕਰ ਗਈ ਤਾਂ ਜਦੋਂ ਬਾਈਕ ਮਾਰੀ ਉਦੋਂ ਅਸੀਂ ਗਿਰ ਗਏ ਉਹ ਥੋੜ੍ਹੀ ਅੱਗੇ ਰੇਸ ਕਰਕੇ ਫਿਰ ਉਹ ਅੱਗੇ ਚੱਲ ਗਈ ਉਹ ਤਾਂ ਜਦੇ ਭੱਜ ਗਈ ਉਹ ਤਾਂ ਰੁਕੇ ਵੀ ਨਹੀਂ। ਅੱਜ ਨਾ ਅਸੀਂ ਆਉਣ ਡਿਆਂ ਹੰਮੋਪਟ ਦੇ ਬੇਟੀ ਹੀ ਨਾਲ ਅਤੇ ਇੱਧਰ ਵਾਪਸ ਗੁਰਦਾਸਪੁਰ ਵਾਪਸ ਜਾਣ ਡਿਆ ਤਾਂ ਪੈਟਰੋਲ ਪੰਪ ਦੇ ਲਾਗੇ ਜਾ ਕੇ ਉਹ ਪਿੱਛੋਂ ਆਏ ਦੋ ਜਣ ਮੋਟਰਸਾਈਕਲ ਦੇ ਉਹਨਾਂ ਪਰਸ ਖਿੱਚਿਆ ਮੇਰੇ ਹੱਥ 'ਚ ਹੀ ਪਰਸ ਅਗਲੇ ਪਾਸੇ ਲੱਤਾਂ ਦੇ ਧਰਿਆ ਇੱਦਾਂ ਅਤੇ ਉਹਨਾਂ ਖਿੱਚਿਆ ਤਾਂ ਮੈਂ ਛੱਡਿਆ ਨਹੀਂ ਆ ਉਹਦੇ ਵਿੱਚ ਸਾਡੇ ਮੋਬਾਈਲ ਹਨ ਦੋਵੇਂ ਹੋਰ ਵੀ ਜੋ ਅਸਲ ਪੈਸੇ ਵੀ ਹੈ ਹਨ ਉਹ ਹੀ ਛੱਡਿਆ ਨਹੀਂ ਆ ਅਤੇ ਉਹ ਫਿਰ ਉਹਦੇ ਕਰਕੇ ਡਿੱਗ ਪਈਆਂ ਉਹ ਦੌੜ ਗਏ ਉਹ ਰਗੜਾਂ ਦੇ ਫਿਰ ਡਿੱਗ ਪਈਆਂ ਜਦੋਂ ਅਤੇ ਉਹਦੇ ਕਰਕੇ ਆ ਵੱਜਰੀ ਜਿਹੀ ਉੱਥੇ ਖੁੱਬ ਖੱਬ ਕੇ ਸੱਟਾਂ ਫਿਰ ਲੱਗੀਆਂ ਜ਼ਿਆਦਾ। ਨਹੀਂ ਮੈਂ ਪਰਸ ਨਹੀਂ ਨਾ ਛੱਡਿਆ ਪਰਸ ਹੀ ਖੋਇਆ ਉਹਨਾਂ ਮੈਂ ਪਰਸ ਛੱਡਿਆ ਨਹੀਂ ਇੱਥੋਂ ਤਾਂ ਹੀ ਸੱਟਾਂ ਲੱਗ ਗਈਆਂ ਉਹ ਦੌੜ ਗਏ ਜਦੋਂ ਛੱਡਿਆ। ਹਾਂਜੀ ਨਾ ਉੱਥੇ ਫਿਰ ਵਾਹਵਾ ਜਾਣੇ ਆ ਕਿੰਨੇ ਜਾਣੇ ਇਕੱਠੇ ਹੋ ਗਏ ਤਾਂ ਅਸੀਂ ਉਹ ਫਿਰ ਉਹ ਤਾਂ ਕਹਿਣ ਚੱਲੋ ਉੱਥੇ ਪਰ ਸਾਡੇ ਰਿਸ਼ਤੇਦਾਰ ਜਿੱਥੇ ਗਏ ਹਨ ਉਹਨਾਂ ਨੇ ਫੋਨ ਕੀਤਾ ਉਹ ਕਹਿੰਦੇ ਵੀ ਆਉਣ ਡਿਆ ਸੀ ਉਹ ਫਿਰ ਆ ਗਏ ਉਹ ਆਪਣਾ ਜਵਾਈ ਸੀ ਸਾਡਾ ਅਤੇ ਉਹ ਆ ਗਏ ਅਤੇ ਉਹਨੇ ਫਿਰ ਸਾਨੂੰ ਲੈਣ ਤਾ ਅਤੇ ਹੋਰ ਵੀ ਐਵੇਂ ਆਖੀ ਸਾਰੇ ਬੜੇ ਮਦਦ ਆ ਲਾਗੋ ਦੌੜ ਕੇ ਸਾਰੇ ਚੱਲ ਗਏ ਹੈ ਨਾ ਅਤੇ ਗੱਡੀ ਵੀ ਉਹਨਾਂ ਖੜੀ ਵੀ ਚਲੋ ਹੋਸਪਿਟਲ ਚਲੀ ਮੈਂ ਕਿਹਾ ਚੱਲ ਆਪਣੇ ਉਹਨਾਂ ਨੂੰ ਆ ਲੈਣ ਦਿਓ ਸਾਡੇ ਪ੍ਰਾਹੁਣੇ ਨੂੰ ਨਾ ਨਾ ਉਹ ਤਾਂ ਉੱਡ ਗਈ ਉਸੇ ਵੇਲੇ ਹੀ ਤਾਂ ਮੋਨੇ ਜਿਹੇ ਹਨ ਦੋਵੇਂ ਸਿਰ ਉੱਦਾਂ ਅਤੇ ਉਹ ਉਹਨਾਂ ਪਿੱਛੇ ਵੇਖਿਆ ਨਹੀਂ ਉਹ ਦੌੜ ਗਏ ਨੇ ਜਦੋਂ ਅਸੀਂ ਡਿੱਗ ਪਈਆਂ ਵਾ ਉਹ ਉੱਡ ਗਏ ਸੱਟਾਂ ਇਹਨੂੰ ਬੇਟੀ ਆ ਉਹਨੂੰ ਐਕਸੀਡੈਂਟ ਕੌਣ ਖੜਿਆ ਅੰਦਰ ਉਹਦੇ ਹੱਥ 'ਤੇ ਮੰਗ ਇਹੋ ਜਿਹਾ ਫਰਨਾ ਚਾਹੀਦਾ ਇਹੋ ਜਿਹਾ ਮੈਂ ਤਾਂ ਨਹੀਂ ਦੱਬਣ ਜਿੱਥੇ ਵੀ ਇਹਨਾਂ ਨੂੰ ਛੱਡੇ ਨਾ ਬੰਦਾ ਜੋ ਕੁਛ ਹੁਣ ਕਰਨ ਡਏ ਨੇ ਜਿੰਨਾ ਹੁਣ ਦੁਨੀਆਂ ਦੇ ਉੱਤੇ ਆ ਕੁਛ ਹੋਣ ਡਿਆ ਤਾਂ ਕੰਮ ਕੀ ਹੋ ਮਈ ਹੋਣ ਡਈ ਭੁੱਖ ਵਰਤੀ ਅੰਦਰ ਹੀ ਇਹੋ ਜਿਹਾ ਨੂੰ ਲੱਭ ਜਾਂਦੇ ਕਿਤੇ ਉਹ ਗੱਲ ਪਈ ਨਾ ਜਿਹੜਾ ਬਾਈਪਾਸ ਕਰੋਗਰ ਪੈਟਰੋਲ ਪੰਪ ਤੱਕ ਅਸੀਂ ਆਏ ਹਾਂ ਮੈਨੂੰ ਨਹੀਂ ਪਤਾ ਚੱਲਿਆ ਮੰਮਾ ਪਿੱਛੇ ਬੈਠੇ ਸੀ ਪਰਸ ਹੀ ਉਸ ਨੈਚਿੰਗ ਮਤਲਬ ਖਿੱਚ ਰਹੇ ਹੋਣੇ ਮੰਮਾ ਨੇ ਆਪਣੇ ਵੱਲ ਖਿੱਚਿਆ ਉਹ ਜਦੋਂ ਉਹਨਾਂ ਨੇ ਖਿੱਚਿਆ ਮੰਮਾ ਨੇ ਖਿੱਚਿਆ ਉਹ ਇੰਬੈਲੈਂਸ ਜੀ ਹੋ ਗਈ ਸਕੂਟੀ ਉਹ ਨਾਲ ਬਾਈਕ ਟੱਚ ਕਰ ਗਈ ਤਾਂ ਜਦੋਂ ਬਾਈਕ ਮਾਰੀ ਉਦੋਂ ਅਸੀਂ ਗਿਰ ਗਏ ਉਹ ਥੋੜ੍ਹੀ ਅੱਗੇ ਰੇਸ ਕਰਕੇ ਫਿਰ ਉਹ ਅੱਗੇ ਚੱਲ ਗਈ ਉਹ ਤਾਂ ਜਦੇ ਭੱਜ ਗਈ ਉਹ ਤਾਂ ਰੁਕੇ ਵੀ ਨਹੀਂ ਸਾਨੂੰ ਕੁਛ ਨਹੀਂ ਪਤਾ ਲੱਗਾ ਕੀ ਹੋਇਆ ਕੀ ਨਹੀਂ ਕਿਵੇਂ ਹੋਇਆ ਬਸ ਮੰਮਾ ਨੇ ਜਦੇ ਦੱਸਿਆ ਕਿ ਮੇਰਾ ਪਰਸ ਖਿੱਚ ਰਹੇ ਸੀ ਉਹ ਤਾਂ ਇੱਕ ਮਿੰਟ ਵੀ ਨਹੀਂ ਰੁਕੇ ਉਹ ਤਾਂ ਉਸੇ ਟਾਈਮ ਭੱਜ ਗਏ ਸੀ ਨਾ ਉਹ ਤਾਂ ਰੁਕੇ ਵੀ ਨਹੀਂ ਉਹਨਾਂ ਦੇਖਿਆ ਵੀ ਨਹੀਂ ਇਸ ਸਕੂਟੀ 'ਤੇ ਡੱਡਵੀ ਗੁਰਦਾਸਪੁਰੋਂ ਵਾਪਸ ਜਾ ਰਹੇ ਸੀ ਹਾਂਜੀ ਅਸੀਂ ਗੁਰਦਾਸਪੁਰੋਂ ਹਸਪੀਟਲ ਗਏ ਸੀ ਉਧਰੋਂ ਵਾਪਸ ਆ ਰਹੇ ਸੀ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੁਰੂ ਕਬੀਰ ਜੀ 9820 82 499 ਗੈਟ ਐਕਸ ਲਵ ਬੈਕ ਇਨ ਯੋਰ ਲਾਈਫ ਮੋਨੀ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਚਾਹ ਤੁੜਵਾਉਣਾ ਪਤੀ ਪਤਨੀ 'ਚ ਅਣਬਣ ਔਲਾਦ ਸੁੱਖ ਵਿਦੇਸ਼ ਯਾਤਰਾ ਪਿਆਰ 'ਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਕਰਜ਼ਾ ਮੁਕਤੀ ਪ੍ਰੇਮ ਵਿਆਹ 'ਚ ਦੇਰੀ ਤਲਾਕ ਕੇਸ ਜਾਂ ਜ਼ਮੀਨੀ ਝਗੜਾ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ